ਅੱਜ ਦੇ ਇਸ ਵਿਗਿਆਨਕ ਯੁੱਗ ਵਿੱਚ ਜਿੱਥੇ ਮਨੋਰੰਜਨ ਲਈ ਕੀ ਬੱਚੇ ਕੀ ਵੱਡੇ ਹਰ ਕੋਈ ਟੀਵੀ ਜਾਂ ਕੰਪਿਊਟਰ ਲੈਪਟਾਪ ਜਿਹੇ ਆਧੁਨਿਕ ਉਪਕਰਨਾਂ ਨੂੰ ਇਸਤੇਮਾਲ ਕਰ ਰਹੇ ਹਨ, ਉੱਥੇ ਸਰਕਸਾਂ ਲਗਾਏ ਜਾਣ ਦਾ ਸਿਲਸਿਲਾ ਵੀ ਅਜੇ ਵੀ ਜਾਰੀ ਹੈ। ਇਨ ਦਿਨੀ ਲੁਧਿਆਣਾ ਦੇ ਚੰਡੀਗੜ੍ਹ ਰੋਡ ਵਰਧਮਾਨ ਚੌਂਕ ਦੇ ਨਾਲ ਲੱਗਦੇ ਗਲਾਡਾ ਗਰਾਊਂਡ ਵਿੱਚ ਸ਼ੁਰੂ ਹੋਣ ਜਾ ਰਹੀ ਰਾਇਲ ਸਰਕਸ ਸੰਬੰਧੀ ਪ੍ਰੈਸ ਵਾਰਤਾ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਪ੍ਰਬੰਧਕ ਵਰਿੰਦਰ ਕਪੂਰ ਨੇ ਦੱਸਿਆ ਕਿ ਵਿਦੇਸ਼ੀ ਕਲਾਕਾਰਾਂ ਨਾਲ ਸਜੀ ਇਸ ਸਰਕਸ ਵਿੱਚ ਬਹੁਤ ਸਾਰੇ ਸੀਨ ਬਹੁਤ ਹੀ ਪ੍ਰਭਾਵੀ ਅਤੇ ਅਦਭੁਤ ਹਨ। ਉਹਨਾਂ ਦੱਸਿਆ ਕਿ ਕਲਾਕਾਰ ਆਪਣੀ ਕਲਾ ਦਾ ਪ੍ਰਦਰਸ਼ਨ ਬਖੂਬੀ ਢੰਗ ਨਾਲ ਕਰਕੇ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਕਲਾਕਾਰਾਂ ਦੇ ਥਰੂ ਅਫਰੀਕਨ ਕਲਾਕਾਰ, ਮੰਗੋਲੀਅਨ ਕਲਾਕਾਰ, ਮਨੀਪੁਰਮ ਕਲਾਕਾਰਾਂ ਦੇ ਥਰੂ ਪੰਜਾਬ 'ਚ ਪਹਿਲੀ ਵਾਰੀ ਰਾਇਲ ਸਰਕਸ ਲਿਆਈ ਜਾ ਰਹੀ ਹੈ ਅਤੇ ਇਸ ਵਿੱਚ ਗ੍ਰੇਟ ਦੁਸ਼ਹਿਰਾ ਮੇਲੇ 'ਚ ਹੋਰ ਵੀ ਕਈ ਆਕਰਸ਼ਨ ਦੇ ਕੇਂਦਰ ਨੇ, ਜਿੱਦਾਂ ਖਾਣ ਪੀਣ ਦੇ ਸਟਾਲਸ ਹੋਰ ਹੋ ਗਏ, ਜਿੱਦਾਂ ਆਪਣੇ ਨਏ ਝੂਲੇ, ਰੇਂਜਰ ਝੂਲਾ, 32 ਸੀਟਰ ਝੂਲਾ, ਜਿਸਦੀ ਖੁਦ ਦੀ ਹਾਈਟ 110 ਫੁੱਟ ਹੈ, ਜੋ ਇੱਕ ਲੁਧਿਆਣੇ ਨੂੰ ਪੂਰੇ ਇੱਕ ਨਵਾਂ ਆਕਰਸ਼ਨ ਦਾ ਕੇਂਦਰ ਹੈ, ਜੋ ਆਪਣੇ ਪੰਜਾਬ 'ਚ ਕੀ ਆਪਣੇ ਵਰਲਡ 'ਚ ਇੱਕੋ ਹੀ ਝੂਲਾ, ਜਿੱਥੋਂ ਲੁਧਿਆਣੇ 'ਚ ਸਪੈਸ਼ਲ ਲਿਆਇਆ ਜਾਇਆ ਲੁਧਿਆਣਾ ਵਾਸੀਆਂ ਲਈ ਇੱਕ ਨਵਾਂ ਆਕਰਸ਼ਨ ਦਾ ਉਹਨਾਂ ਨੂੰ ਕੇਂਦਰ ਦਿੱਤਾ ਗਿਆ, ਇੱਕ ਨਈ ਪ੍ਰਸਤੁਤੀ ਦਿੱਤੀ ਗਈ ਹੈ ਜਿਸ ਵਿੱਚ ਉਹਨਾਂ ਨੂੰ ਨਏ ਝੂਲਿਆਂ ਦੇ ਥਰੂ ਇੱਕ ਦਿੱਤਾ ਗਿਆ। ਰਾਇਲ ਸਰਕਸ ਵੀ ਲਾਸਟ ਈਅਰ ਨਾਲੋਂ ਜੋ ਰੇਟ ਸਭ ਤੋਂ ਘਟਾ ਦਿੱਤੇ ਗਏ ਨੇ ਕਿ ਵੱਧ ਤੋਂ ਵੱਧ ਜਾਗਰੂਕੀ ਪੀਪਲ ਆ ਕੇ ਦੇਖਣ ਅਤੇ ਹੋਰ ਗਰੀਬਾਂ ਲਈ ਜਾਂ ਸਕੂਲ ਵਾਸੀਆਂ ਲਈ, ਸਕੂਲਸ ਲਈ ਜਾਂ ਆਰਮੀ ਕੈਂਪਸ ਵਾਲਿਆਂ ਲਈ ਸਾਰਿਆਂ ਲਈ ਜੋ ਡਿਸਕਾਊਂਟ ਆ 50% ਕਰ ਦਿੱਤੇ, ਇਹਨਾਂ ਨੂੰ ਦਿਖਾਇਆ ਜਾ ਰਿਹਾ ਅਤੇ ਸਪੈਸ਼ਲੀ ਸ਼ੋਅ ਕਰਵਾਏ ਜਾ ਰਹੇ ਨੇ। ਇਸ ਲਈ ਲੋਕਾਂ ਨੂੰ ਉਪਸਥਿਤ ਕੀਤਾ ਜਾਂਦਾ ਅਤੇ ਰਿਕੁਐਸਟ ਕੀਤੀ ਜਾਂਦੀ ਹੈ ਵੱਧ ਤੋਂ ਵੱਧ ਆ ਕੇ ਦੇਖੋ, ਕਿਉਂਕਿ ਆਪਣਾ ਹਿੰਦੂਆਂ ਦਾ ਤਿਉਹਾਰ ਹੈ ਜਿਸ ਨੂੰ ਅਸੀਂ ਵੱਧ ਤੋਂ ਵੱਧ ਅੱਗੇ ਵਧਾਈਏ ਅਤੇ ਇਸ ਨੂੰ ਹੋਰ ਵੀ ਵੱਡਾ ਕਰੀਏ। ਜਾਗਤੀ ਲਈ ਲੁਧਿਆਣਾ ਤੋਂ ਹਿੰਮਤ ਸਿੰਘ ਦੀ ਰਿਪੋਰਟ।